ਉਹਨਾਂ ਜਿੱਤੀਆਂ ਬਾਜੀਆਂ ਹਾਰੀਆਂ ਨੇ ਸੱਜਾ ਸਲਾਮ ਹੈ ਦਰਬਾਰ ਦੇ ਆਈਆਂ ਹੋਈਆਂ ਸਭ ਸੰਗਤਾਂ ਨੂੰ ਸੋ ਆਓ ਸੰਗੀਤ ਦੀ ਬਹੁਤ ਹੀ ਮਦਦ ਸਾਜਾਂ ਟਿਊਨਿੰਗ ਇੱਕ ਮਿੰਟ ਲਈ ਸੋਨੀ ਦੇ ਸਾਜਾਂ ਦੀ ਟਿਊਨਿੰਗ ਸਿਰਫ ਇੱਕ ਮਿੰਟ ਮੈਂ ਲਵਾਂਗਾ ਖੁਸ਼ੀਆਂ ਖੂਬ ਮਨਾਈਏ ਨੀ ਮੇਲਾ ਪੀਰਾਂ ਦਾ ਭਰ ਕੇ ਹਾਜ਼ਰੀ ਆਈਏ ਮੇਲਾ ਪੀਰਾਂ ਦਾ ਭਰ ਕੇ ਹਾਜ਼ਰੀ ਆਈਏ ਮੇਲਾ ਪੀਰਾਂ ਸ਼ਰਾਬੀ ਹੋ ਗਿਆ ਤੂੰ ਜਦੋਂ ਨੱਚੀ ਹੋ ਵੀ ਸੀਰ ਕਾਨੇ
ਛੋਟੀ ਸਾਰੀ ਨੱਚੀ ਤਾਂ ਸ਼ਰਾਬੀ ਹੋ ਗਿਆ, ਮੈਂ ਸ਼ਰਾਬੀ ਹੋ ਗਿਆ। ਦਰਗਾਹ ਤੇ ਬੈਠੇ ਮੇਰੇ ਰੱਬ ਵਰਗੇ ਸਰੋਤੇ ਹੋ, ਸਭ ਤੋਂ ਪਹਿਲਾਂ ਜੈਕਾਰਾ ਪੰਜ ਪੀਰਾਂ ਦਾ ਬਹੁਤ ਸੱਚ ਦਰਬਾਰ ਕੀ
सब नु प्यार भरी सत श्री अकाल कहने हैं जी और तुहाडा धन्यवाद करते हैं तुहाडा शुक्रिया और गद्दी नशीन साईं फकर शाह जी उन्हां दा धन्यवाद करते हैं जिन्हां दी दौलत तुहाडे रब लोकां दे तुहाडे रब रूहां दे सानू दर्शन करन दा मौका मिलिया है सो बहुत ही मेहरबानी बहुत शुक्रिया धनबाद जी बड़े अच्छे अच्छे फनकार साढ़े ना पहला हाथ जवा के गए ने सब का स्वागत करते हैं और सुनतियां बीबियां भैन छोटे बच्चे और साढ़े मंडाली शरीफ साईं अमृत शाह जी जीत शाह जी रुटके वाले सो बहुत मेहरबानी ਸਾਡੇ ਦਾਦਾ ਜੀ ਹੋਣੀ ਸਾਡੇ ਸਾਹਮਣੇ ਔਰ ਸਭ ਤੋਂ ਪਹਿਲਾਂ ਉਹ ਪ੍ਰਸਾਦ ਜੀ ਉਹ ਦਾਦਾ ਉਹ ਸਾਈ ਉਹ ਫਕਰ ਉਹ ਫਕੀਰ ਉਹਨਾਂ ਦੇ ਚਰਨਾਂ ਚ ਉਸ ਦਾਦੇ ਦੀ ਸ਼ੋਭਾ ਸਾਡੇ ਸਾਈ ਜੀ ਸ਼ੁਰੂਆਤ ਕਰਨ ਲੱਗੇ ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਉਸ ਦਾਤੇ ਦਾ ਨਾਂ ਲੈਣਾ ਬਹੁਤ ਜ਼ਰੂਰੀ ਹੈ ਜਿਹਦੇ ਰਹਿਮੋ ਕਰਮ ਸਦਕਾ ਇਹ ਮੰਜ਼ਲਾਂ ਇਹ ਮੈਂ ਪਾ ਸਕਦੀਆਂ ਨਹੀਂ ਸ਼ੁਰੂਆਤ ਕਰਦਾ ਹੈ ਸਾਡੇ ਸਾਈਂ ਜੀ ਕਿ ਹਮ ਤੋ ਤੇਰੀ ਪਰਸਨੈਲਿਟੀ ਪੇ ਮਰਤੇ ਹੈ ਬਾਬਾ ਅੱਧਾ ਕੁ ਹਿੰਦੀ ਅੱਧਾ ਕੁ ਪੰਜਾਬੀ ਅੱਧਾ ਕੁ ਇੰਗਲਿਸ਼ ਕਿ ਹਮ ਤੋ ਤੇਰੀ ਪਰਸਨੈਲਿਟੀ ਪੇ ਮਰਤੇ ਹੈ ਬਾਬਾ ਲਵ ਤੁਝੇ ਲਵ ਹਮ ਕਰਤੇ ਹੈ ਬਾਬਾ ਓ ਮੇਰੇ ਸਾਈ ਬਾਬਾ ਓ ਮੇਰੇ ਫਕਰ ਬਾਬਾ ਉਸ ਤੋਂ ਬਾਅਦ ਮੈਨੂੰ ਪਤਾ ਵੀ ਸੁਬਾਹ ਤੋਂ ਮੇਰੇ ਭਰਾ ਬੈਠੇ ਹੈ ਉਸ ਤੋਂ ਬਾਅਦ ਭਾਈ ਆਪਣੇ ਵਾਲਾ ਚਾਹੇ ਠੇਕਿਆਂ ਦੇ ਬਈ ਹੋਵੇ ਚਾਹੇ ਫਲੈਟ ਹੋਵੇ ਹਮ ਤੋ ਤੇਰੀ ਪਰਸਨੈਲਿਟੀ ਤੇ ਮਰਦੇ ਹੈ ਬਾਬਾ ਮੇਰੀ ਕੋਈ